ਮੈਂ ਤਾਂ ਜਨਾਬ ਫਿਰ ਸਪੀਡਾਂ ਲਾਈਆਂ ਤੇ ਮੈਂ ਕਮਰੇ 'ਚ ਆਪਣੇ 'ਚ ਮੈਂ ਕਿਹਾ ਮੇਰੇ ਤਾਂ ਪਿਓ ਦੀ ਵੀ ਤੋਬਾ, ਮੈਂ ਨਹੀਂ ਕਰਦੀ ਇਸਲਾਮਾਬਾਦ ਜਾਓ, ਇਸਲਾਮਾਬਾਦ ਦੂਰੋਂ ਦੂਰੋਂ ਚੰਗਾ ਘੁੰਮੋ ਫਿਰੋ ਤੇ ਘਰ ਆ ਜਾਓ। ਜ਼ਰੂਰੀ ਨਹੀਂ ਹੁੰਦਾ ਦੁਨੀਆ ਦੇ ਵਿੱਚ ਇਨਸਾਨ ਦੇ ਰਹਿਣ ਦਾ, ਜਿੱਥੇ ਤੁਸੀਂ ਰਹਿ ਰਹੇ ਹੋ ਨਾ ਉੱਥੇ ਅੱਛੇ ਲੋਕ ਵੀ ਨੇ ਤੇ ਬੁਰੇ ਵੀ ਨੇ, ਤੁਸੀਂ ਆਪਣਾ ਕਿਰਦਾਰ ਦੇਖਣਾ। ਅੱਛਾ ਸਾਡਾ ਸਨ ਸਰਗੋਦੇ ਦੀ ਆ, ਸਾਡੇ ਸਰਗੋਦੇ 'ਚ ਐਸਾ ਨਹੀਂ ਹੈ। ਇਸਲਾਮਾਬਾਦ ਦੇ ਵਿੱਚ ਅੱਛੇ ਲੋਕ ਵੀ ਰਹਿ ਰਹੇ ਨੇ, ਅੱਛੇ ਲੋਕ ਵੀ ਹਨ, ਬਿਲਕੁਲ ਰਹਿ ਰਹੇ ਨਾ, ਬਿਲਕੁਲ ਬਿਲਕੁਲ ਆ ਰਹੇ ਨੇ। ਅਗਰ ਜੇ ਉਹ ਇਹ ਸੋਚਣ ਨਾ ਕਿ ਇਸ ਤਰ੍ਹਾਂ ਦੇ ਲੋਕ ਨੇ ਤੇ ਫਿਰ ਇਸਲਾਮਾਬਾਦ ਛੱਡ ਦੇਣ, ਨਹੀਂ ਛੱਡਣਗੇ, ਕਿਉਂਕਿ ਉਹਨਾਂ ਨੂੰ ਉੱਥੇ ਰਹਿਣਾ। ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਢਾਲ ਲਓ ਨਾ ਕਿ ਤੁਸੀਂ, ਤੁਹਾਨੂੰ ਲੋਕ ਆਖਣ ਕਿ ਯਾਰ ਇਹ ਬੰਦਾ ਜਿਹੜਾ ਨਾ ਉਸ ਲੈਣ ਦਾ ਨਹੀਂ ਹੈ, ਐਸੀ ਗੱਲ ਹੈ। ਅੱਛਾ ਉੱਥੇ ਰਹਿਣ ਵਾਸਤੇ ਤੁਹਾਡੇ ਕੋਲ ਨਾ ਤਕਰੀਬਨ ਅੱਛੀ ਅਮਾਊਂਟ ਹੋਣੀ ਚਾਹੀਦੀ ਹੈ ਤੁਸੀਂ ਸਰਵਾਈਵ ਕਰਨਾ ਇੱਥੇ, ਠੀਕ ਹੈ। ਹੁਣ ਜਿਵੇਂ ਕਿ ਮੈਂ ਮੈਕਡੋਨਲਡ ਗਈ ਹਾਂ, ਹੁਣ ਤਾਂ ਰਿਕਸ਼ਾ ਤਾਂ ਚੱਲਦਾ ਕੋਈ ਨਹੀਂ ਇਹਨੇ, ਕਿ ਤੁਸੀਂ ਆਖੋ ਇਹ 30 ਰੁਪਏ ਦਾ ਪਰੇ ਲਾ ਦੇਈ, ਉਹ ਸੀਨ ਤਾਂ ਆਇਆ ਨਹੀਂ ਉੱਥੇ ਰਿਕਸ਼ਿਆਂ ਵਾਲਾ, ਉੱਥੇ ਗੱਡੀਆਂ ਨੇ, ਤੁਸੀਂ ਇਨ ਡਰਾਈਵ ਕਰਾਉਣੀ ਤਾਂ ਤੁਸੀਂ ਜਾਣਾ ਵੇ, ਅਦਰਵਾਈਜ਼ ਤੁਸੀਂ ਨਹੀਂ ਜਾ ਸਕਦੇ। ਤੇ ਇਨ ਡਰਾਈਵ ਵਾਲੇ ਵੀ ਨੇ ਵੀ ਤੁਹਾਨੂੰ ਇਹ ਨਹੀਂ ਕਿ 10-20 ਰੁਪਏ ਲੈ ਕੇ ਭਰੇ ਛੱਡ ਦੇਣਾ ਵੇ, ਉਹਨੇ ਵੀ ਜਨਾਬ ਅੱਛੀ ਅਮਾਊਂਟ ਲੈਣੀ ਜਿਤਨੀ ਉਹਦੀ ਬਣਦੀ ਹੋਈ ਕਿਲੋਮੀਟਰ ਦੇ ਹਿਸਾਬ ਨਾਲ। ਇਹ ਹਾਲਾਤ ਨੇ ਉੱਥੇ ਦੇ। ਉਹ ਬਾਤ ਉਹ ਇੱਕ ਤੁਹਾਡਾ ਸਮਝੋ ਕਿ ਯੂਕੇ ਇਸਲਾਮਾਬਾਦ, ਇਸਲਾਮਾਬਾਦ ਆਮ ਦੇ ਸ਼ਹਿਰ ਥੋੜੇ ਹੀ ਹੈ, ਉੱਥੇ ਮਤਲਬ ਉਹ ਤਾਂ ਗੱਲ ਠੀਕ ਹੈ, ਲੇਕਿਨ ਨਾ ਉੱਥੇ ਸਿਕਿਉਰਿਟੀ ਨਹੀਂ ਹੈ। ਯੂਕੇ ਅਸੀਂ ਸਮਝ ਸਕਦੇ ਹਾਂ, ਲੇਕਿਨ ਯੂਕੇ ਤੁਹਾਡੇ ਕੋਲ ਸਿਕਿਉਰਿਟੀ ਹੈ, ਉੱਥੇ ਤੁਹਾਡੇ ਕੋਈ ਜ਼ਿਆਦਤੀ ਨਹੀਂ ਕਰ ਸਕਦਾ, ਜ਼ਬਰਦਸਤ ਤੁਹਾਡਾ ਹੱਥ ਨਹੀਂ ਫੜ ਸਕਦਾ। ਉਹ ਗੱਲ ਬਿਲਕੁਲ ਠੀਕ ਹੈ, ਮੈਂ ਬਸ ਮਾਹੌਲ ਦੀ ਗੱਲ ਕਰ ਰਿਹਾ। ਹਾਂ ਮਾਹੌਲ ਵੈਸੇ ਮੇਰੇ ਹਿਸਾਬ ਨਾਲ ਵੇਖਿਆ ਜਾਵੇ ਨਾ ਤੇ ਪਾਕਿਸਤਾਨ ਦਾ ਮਾਹੌਲ ਜ਼ਿਆਦਾ ਖਰਾਬ ਲੱਗ ਰਿਹਾ ਮੈਨੂੰ ਬਾਹਰ ਨਾਲੋਂ ਨਾ। ਅੱਲਾ ਰਹਿਮ ਜੀ, ਐ ਜੀ ਗੱਲ ਹੈ, ਇਕੱਲਾ ਬੰਦਾ ਸਰਵਾਈਵ ਨਹੀਂ ਕਰ ਸਕਦਾ। ਮਲਿਆਰ ਵੈਲਕਮ ਜੀ, ਆ ਬਿਲਕੁਲ ਐਂ ਜੀ, ਖਾਸ ਕਰ ਵੱਡੇ ਸ਼ਹਿਰਾਂ ਵਿੱਚ ਜੀ, ਬਿਲਕੁਲ ਬਿਲਕੁਲ ਬੜੀ ਮੁਸ਼ਕਿਲ ਹੋ ਜਾਂਦਾ ਕਰਨਾ। ਅਸਲ ਇਹ ਕਿ ਅਸੀਂ ਖੁਦ ਅਸਾਂ ਲੋਕਾਂ ਨੇ ਖੁਦ ਵੀ ਮਾਹੌਲ ਨੂੰ ਖਰਾਬ ਕਰ ਦਿੱਤਾ। ਮਾਹੌਲ ਇਨਸਾਨਾਂ ਦੇ ਨਾਲ ਹੀ ਸੈੱਟ ਹੁੰਦੇ ਨੇ ਔਰ ਇਨਸਾਨ ਹੀ ਖਰਾਬ ਕਰਦੇ ਨੇ, ਇਨਸਾਨ ਹੀ ਖਰਾਬ ਕਰਦੇ ਨੇ, ਫਿਰ ਆਦੇ ਨੇ ਵੀ ਲੋਕੀ ਖਰਾਬ ਨੇ, ਅਸੀਂ ਆਪ ਖਰਾਬ ਕੀਤੇ ਹੋਏ। ਵੇਖੋ ਨਾ ਮੈਂ ਹੈਰਾਨ ਹੋ ਵੀ ਤਾਂ ਕੁੜੀਆਂ ਜਿੰਨਾ ਆਪਣਾ ਮਾਹੌਲ ਖਰਾਬ ਕਰ ਛੱਡਿਆ ਵੇ, ਕੈਸੀਆਂ ਕੁੜੀਆਂ ਨੇ ਘਰੋਂ ਨਿਕਲਦੀਆਂ ਨੇ ਤੇ ਅੱਗੇ ਜਾ ਕੇ ਇਹ ਹਰਕਤਾਂ ਕਰਦੀਆਂ ਨੇ। ਚਲ ਅੱਲਾਹ ਤਾਲਾ ਸਾਹਿਬ